ਜਦੋਂ ਕੋਈ ਐਂਬੂਲੈਂਸ ਸੜਕ ਤੋਂ गुज़र ਰਹੀ ਹੈ ਔਰ ਸਾਹਮਣੇ ਰੈੱਡ ਲਾਈਟ ਹੈ ਉੱਥੇ ਕਈ ਵਾਰ ਲੋਕ ਇਹ ਦੇਖਦੇ ਆ ਕਿ ਮੇਰਾ ਚਲਾਣ ਹੀ ਨਾ ਹੋ ਜਾਏ ਅੱਜ ਕੱਲ੍ਹ ਆਨਲਾਈਨ ਚਲਾਣ ਉਸ ਵਕਤ ਘਰੇ ਆ ਜਾਂਦਾ ਉਸ ਚੱਕਰ ਦੇ ਵਿੱਚ ਉਹ ਰਾਹ ਵੀ ਨਹੀਂ ਦਿੰਦੇ ਐਂਬੂਲੈਂਸ ਨੂੰ ਕਿ ਇਹ ਤੁਹਾਡੇ ਅਧਿਕਾਰ ਖੇਤਰ ਚ ਹੈ ਪੀ ਸੀ ਸੀ ਟੀ ਵੀ ਜਿਹੜੇ ਪ੍ਰੋਜੈਕਟ ਲੱਗੇ ਇਸ ਦੇ ਰਿਜ਼ਲਟ ਕੀ ਆਏ ਨਤੀਜੇ ਕੀ ਆਏ 900 ਕੈਮਰਾ ਲਾਏ ਗਏ ਜਿਹੜੇ ਹਾਈ ਰੈਜ਼ੋਲੂਸ਼ਨ ਕੈਮਰਾਸ ਹੈਗੇ 올 ਅਕ੍ਰੋਸ ਦ ਸਿਟੀ ਵakre ਵakre ਜਿਵੇਂ ਕੁਝ ਟ੍ਰੈਫਿਕ ਲਾਈਟਾਂ ਤੇ ਲਾਏ ਗਏ ਹੈ ਮਸੇ ਹੀ 6 ਮਹੀਨੇ ਦੇ ਆਪਰੇਸ਼ਨਸ ਤੇ ਵਿੱਚ 5.5 ਲੱਖ ਤੋਂ ਜ਼ਿਆਦਾ ਜਿਹੜੇ ਹੈ ਉਹ ਚਲਾਨ ਹੋ ਚੁੱਕੇ ਹੈ ਲੋਕ ਕਾਫੀ ਜ਼ਿਆਦਾ ਟ੍ਰੈਫਿਕ ਰੂਲਸ ਨੂੰ ਫੋਲੋ ਕਰਨ ਲੱਗੇ ਹੈ ਜ਼ਾਹਿਰ ਸੀ ਗੱਲ ਹੈ ਕਿ ਜੇ ਤਾਂ ਲੋਕ ਟ੍ਰੈਫਿਕ ਰੂਲਸ ਫੋਲੋ ਕਰਨਗੇ ਤਾਂ ਰੋਡ ਦੇ ਵਿੱਚ ਹਾਦਸੇ ਵੀ ਜਿਹੜੇ ਹੈ ਉਹ ਘੱਟ ਹੋਣਗੇ ਸਨੈਚਿੰਗ ਦਾ ਕ੍ਰਾਈਮ ਹੋ ਜਾਂਦਾ ਹੈ ਜਾਂ ਕੋਈ ਮਰਡਰ ਦਾ ਹੋ ਜਾਂਦਾ ਹੈ ਕਿਡਨਾਪਿੰਗ ਦਾ ਹੋ ਜਾਂਦਾ ਹੈ ਉਹ ਸਾਡੇ ਤੋਂ ਆਫੀਸ਼ੀਅਲੀ ਫੁਟੇਜ ਮੰਗਦੇ ਹੈ ਇੱਕ ਜਿਹੜਾ ਰਿਸ਼ਵਤ ਵਾਲਾ ਮਸਲਾ ਆ ਜਾਂਦਾ ਹੈ ਕਿ ਜੇ ਮੌਕੇ ਦੇ ਉੱਤੇ ਚਲਾਨ ਹੋ ਰਿਹਾ ਹੈ ਤੇ 2-400 ਰੁਪਏ ਦਿਓ ਤੇ ਸਾਰਾ ਕੁਝ ਬੰਦ ਕਰ ਦਿਓ ਹਰ ਜਗ੍ਹਾ 900 ਕੈਮਰਾ ਸਾਡੇ ਉੱਪਰ ਨਿਗਰ ਰੱਖੇ ਹੋਏ ਹਨ ਚੰਡੀਗੜ੍ਹ ਸਮਾਰਟ ਸਿਟੀ ਲਿਮਟਿਡ ਦੇ ਸੀਈਓ ਤੇ ਕਮਿਸ਼ਨਰ ਜਿਹੜੇ ਨੇ ਚੰਡੀਗੜ੍ਹ ਦੇ ਨਿਗਮ ਦੇ ਉਹ ਸਾਡੇ ਨਾਲ ਨੇ ਮੈਡਮ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਕਿ ਉਹਨਾਂ ਨੇ ਇਸ ਪ੍ਰੋਜੈਕਟ ਦੀ ਸ਼ੁਰੂਆਤ ਕਿਵੇਂ ਕੀਤੀ ਔਰ ਉਸ ਦੇ ਨਤੀਜੇ ਕੀ ਆ ਰਹੇ ਨੇ ਔਰ ਇਸ ਬਾਬਤ ਹੋਰ ਕੀ ਕੁਝ ਪ੍ਰੋਜੈਕਟ ਦੇ ਵਿੱਚ ਸ਼ਾਮਲ ਕੀਤਾ ਗਿਆ ਸਾਰੀਆਂ ਗੱਲਾਂ ਕਰਾਂਗੇ ਮੇਰੇ ਨਾਲ ਨੇ ਮੈਡਮ ਮਿਤਰਾ ਜੀ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਧੰਨਵਾਦ ਜੀ ਜੀ ਜੋ ਚੰਡੀਗੜ੍ਹ ਸਮਾਰਟ ਸਿਟੀ ਪ੍ਰੋਜੈਕਟ ਹੈ ਦੇਸ਼ ਦੇ ਵੱਖ-ਵੱਖ ਸ਼ਹਿਰ ਚੁਣੇ ਗਏ ਸਮਾਰਟ ਸਿਟੀ ਨੂੰ ਲੈ ਕੇ ਚੰਡੀਗੜ੍ਹ ਉਹਨਾਂ ਚੋਂ ਇੱਕ ਹੈ ਔਰ ਵੱਖਰੇ ਢੰਗ ਨਾਲ ਦੇਖਿਆ ਜਾਂਦਾ ਹੈ ਖਾਸ ਕਰਕੇ ਉਹਨਾਂ ਲਈ ਸੀਸੀਟੀਵੀ ਜਿਹੜੇ ਪ੍ਰੋਜੈਕਟ ਲੱਗੇ ਇਸ ਦੇ ਰਿਜ਼ਲਟ ਕੀ ਆਏ ਨਤੀਜੇ ਕੀ ਆਏ ਅ ਹੁਣ ਅਕਟੋਬਰ ਮਹੀਨੇ ਤੋ ਇਹ ਜਿਹੜਾ ਪ੍ਰੋਜੈਕਟ ਹੈ ਕੰਪਲੀਟਲੀ ਚਾਲੂ ਹੋ ਗਿਆ ਸਿਕਾ 900 ਕੈਮਰਾ ਲਾਏ ਗਏ ਜਿਹੜੇ ਹਾਈ ਰੈਜ਼ੋਲੂਸ਼ਨ ਕੈਮਰਾਸ ਹੈਗੇ 올 ਅਕਰੋਸ ਦ ਸਿਟੀ ਵਖਰੇ ਵਖਰੇ ਜਿਵੇਂ ਕੁਝ ਟ੍ਰੈਫਿਕ ਲਾਈਟਾਂ ਤੇ ਲਾਏ ਗਏ ਕੁਝ ਸਾਡੇ ਜਿਵੇਂ ਵਾਟਰ ਇਨਸਟਾਲੇਸ਼ਨਸ ਐ ਜਿਹੜੇ ਹਾਈ ਸਿਕਿਉਰਿਟੀ ਜ਼ੋਨਸ ਐ ਉੱਥੇ ਲਾਏ ਗਏ ਕੁਝ ਪਾਰਕਿੰਗ ਤੇ ਲਾਏ ਗਏ ਜਿੱਥੇ ਚੋਰੀਆ ਵਗੈਰੇ ਦੇਖਣ ਦਾ ਸਾਡਾ ਉਹ ਸੀਗਾ ਇਹ ਸਾਰੇ ਕੈਮਰਾਜ਼ ਨੂੰ ਪੀ ਟ੍ਰਿਪਲ ਸੀ ਨਾਲ ਲਿੰਕ ਕੀਤਾ ਗਿਆ ਜਿਹਨੂੰ ਆਪਾਂ ਪੁਲਿਸ ਕਮਾਂਡ ਐਂਡ ਕੰਟਰੋਲ ਸੈਂਟਰ ਕਹਿੰਦੇ ਹੈ ਤੇ ਉਹਦੀ ਮੋਨਿਟਰਿੰਗ ਆਈ ਟ੍ਰਿਪਲ ਸੀ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਆਹੀ ਵੀ ਹੁੰਦਾ ਹੈ ਦੇਖਣ ਨੂੰ ਹੁਣ ਇਹ ਆਇਆ ਹੈ ਮਸਈ 6 ਮਹੀਨੇ ਦੇ ਆਪਰੇਸ਼ਨਸ ਤੇ ਵਿੱਚ साढ़े पाँच लाख तो ज़्यादा जड़े है वह चलान हो चुके हैं फाइव लैख थर्टी फोर थाउजेंड चलान हो चुके हैं ये करके नतीजा ये होया है कि लोग काफ़ी ज़्यादा ट्रैफिक रूल्स फ़ॉलो करन लगे हैं जाहिर सी गल है कि जेता लोग ट्रैफिक रूल्स फॉलो करे तो रोड दे हादसे भी जोड़े है वह घट्ट हो ਇੱਕ ਛੋਟੀ ਜੀ ਸਟੱਡੀ ਕੀਤੀ ਗਈ ਉਹਦੇ ਵਿੱਚ ਇਹ ਪਾਇਆ ਗਿਆ ਕਿ ਕਿਉਂਕਿ ਇੰਨੀ ਜ਼ਿਆਦਾ ਆਟੋਮੈਟਿਕਲੀ ਲੋਗ ਲਾ ਬਾਈਡਿੰਗ ਹੋ ਰਹੇ ਹਨ ਤਾਂ ਜਿਹੜੇ ਪੁਲਿਸ ਕਰਮੀਆਂ ਨੂੰ ਟ੍ਰੈਫਿਕ ਲਈ ਡਿਪਲॉय ਕੀਤਾ ਜਾ ਰਿਹਾ ਹੈ ਉਹਨਾਂ ਦੇ ਵਿੱਚ ਵੀ ਹੌਲੀ ਹੌਲੀ ਜਿਹੜੀ ਹੈਗੀ ਕਮੀ ਕੀਤੀ ਜਾਣ ਦੀ ਗੁੰਜਾਇਸ਼ ਹੈ ਕਿਉਂਕਿ ਲੋਕ ਆਪਣੇ ਆਪ ਹੀ ਜਿਹੜੇ ਹੈਗੇ ਉਹ ਟ੍ਰੈਫਿਕ ਦੇ ਨਿਯਮਾਂ ਦੀ ਪਾਲਣ ਕਰ ਰਹੇ ਹਨ ਇਹ ਤੋਂ ਇਲਾਵਾ 250 ਕੇਸ ਜਿਹੜੇ ਹੈਗੇ ਕ੍ਰਿਮੀਨਲ ਕੇਸਸ ਕਿਉਂਕਿ ਵੱਖਰੇ ਵੱਖਰੇ ਪੁਲਿਸ ਤੇ ਏਜੰਸੀਸ ਜਿਹੜੇ ਹਨ ਉਹ ਸਾਡੇ ਤੋਂ ਫੁਟੇਜ ਲੈਂਦੇ ਜਿੱਥੇ ਵੀ ਕ੍ਰਾਈਮ ਹੋ ਜਾਂਦਾ ਜਿਵੇਂ ਕੋਈ ਸਨੇਚਿੰਗ ਦਾ ਕ੍ਰਾਈਮ ਹੋ ਜਾਂਦਾ ਹੈ ਜਾਂ ਕੋਈ ਮਰਡਰ ਦਾ ਹੋ ਜਾਂਦਾ ਹੈ ਕਿਡਨਾਪਿੰਗ ਦਾ ਹੋ ਜਾਂਦਾ ਹੈ ਉਹ ਸਾਡੇ ਤੋਂ ਆਫੀਸ਼ੀਅਲੀ ਫੁਟੇਜ ਮੰਗਦੇ ਹੈਗੇ ਫਿਰ ਅਸੀਂ ਉਹ ਫੁਟੇਜ ਉਹਨਾਂ ਨੂੰ ਮੁਹਈਆ ਕਰਾਉਂਦੇ ਹੈ ਜਿਹਦੇ ਰਾਹੀਂ ਉਹਨਾਂ ਨੂੰ ਇਸ ਤਰ੍ਹਾਂ ਦੇ ਕੇਸਸ ਨੂੰ ਸੋਲਵ ਕਰਨ ਲਈ ਬਹੁਤ ਮਦਦ ਮਿਲਦੀ ਹੈ ਔਨ ਰਿਕਾਰਡ ਹੁਣ ਤੱਕ 250 ਕੇਸਸ ਐਦਾ ਦੇ ਹੈਗੇ ਜੋ आई ट्रिपल सी और पी ट्रिपल सी दे मदद ਨਾਲ ਸੁਲਝਾਇਆ ਜਾ ਸਕੇ ਹਨ ਜਿਵੇਂ ਤੁਸੀਂ ਦੱਸਿਆ ਕਿ ਇਸ ਨਾਲ ਜਿੱਥੇ ਵੱਡੀ ਗਿਣਤੀ ਚ 6 ਮਹੀਨਿਆਂ ਦੇ ਤਕਰੀਬਨ ਵਕਫੇ ਦੇ ਵਿੱਚ ਇੰਨੇ ਜ਼ਿਆਦਾ ਚਲਾਨ ਹੋ ਗਏ ਪਹਿਲਾਂ ਗਿਣਤੀ ਘੱਟ ਸੀ ਔਰ ਜਦੋਂ ਸੀਸੀਟੀਵੀ ਕੈਮਰਾ ਪ੍ਰੋਜੈਕਟ ਐਗਜ਼ੀਕਿਊਟ ਕੀਤਾ ਗਿਆ ਇਸ ਪ੍ਰੋਜੈਕਟ ਨੂੰ ਤਾਂ ਕੀ ਫਿਰ ਜਿਹੜੀ ਟ੍ਰੈਫਿਕ ਪੁਲਿਸ ਨਫਰੀ ਸੀ ਉਸ ਦੇ ਵਿੱਚ ਘਟੀ ਹੈ ਗਿਣਤੀ ਜਾਂ ਫਿਰ ਉਸ ਦੀ ਵੀ ਬਹੁਤੀ ਲੋਡ ਰਹੀ ਨਹੀਂ ਮਹਿਸੂਸ ਨਹੀਂ ਹੁੰਦੀ ਚੰਡੀਗੜ੍ਹ ਪੁਲਿਸ ਨੂੰ देखिए किसी भी महकमे के पास मुलाजिम सीमित नंबर के होते हैं जिस तरफ ज़्यादा ज़रूरत होती है उस तरफ मुलाजिम जो है वो डिप्लॉय किए जाते हैं अगर हमारा ये सिस्टम बहुत कामयाब हो जाएगा ऑटोमेटिकली जैसे मैं पहले भी मेंशन कर रही थी कि पुलिस कर्मियों की ट्रैफिक पे ज़रूरत जो है वो कम पड़ेगी और उनकी जो सेवाएँ हैं वो अलग अलग जगह पर ली जा सकेंगी ਆਮ ਤੌਰ ਤੇ ਚੰਡੀਗੜ੍ਹ ਨੂੰ ਬਾਕੀ ਦੇਸ਼ ਦੇ ਵੱਖ-ਵੱਖ ਸੂਬਿਆਂ 'ਚੋਂ ਸ਼ਹਿਰਾਂ 'ਚੋਂ ਵੱਖ ਨਜ਼ਰੀ ਨਾਲ ਇਸ ਕਰਕੇ ਵੀ ਦੇਖਿਆ ਜਾਂਦਾ ਜੇ ਉਹਦੇ ਸੀਸੀਟੀਵੀ ਕੈਮਰੇਜ ਲੱਗੇ ਚਲਾਣ ਵੱਡੀ ਗਿਣਤੀ 'ਚ ਤੁਸੀਂ ਦੱਸਿਆ ਕਿ ਹੋਗੇ ਤਕਰੀਬਨ 5.5 ਲੱਖ ਹੁਣ ਇੱਕ ਜਿਹੜਾ ਰਿਸ਼ਵਤ ਵਾਲਾ ਮਸਲਾ ਆ ਜਾਂਦਾ ਹੈ ਕਿ ਜਿਹੜੇ ਮੌਕੇ ਦੇ ਉੱਤੇ ਚਲਾਨ ਹੋ ਰਿਹਾ ਹੈ ਤੇ 2-400 ਰੁਪਏ ਦਿਓ ਤੇ ਸਾਰਾ ਕੁਝ ਬੰਦ ਕਰ ਦਿਓ ਇਸ ਤਰ੍ਹਾਂ ਦੀਆਂ ਗਲਤੀਆਂ ਦੀ ਕੋਈ ਹੁਣ ਗੁੰਜਾਇਸ਼ ਨਹੀਂ ਰਹੀ ਐ ਇਸ ਮਸਲੇ ਦੇ ਵਿੱਚ ਕੋਈ ਨੌਬਤ ਨਹੀਂ ਆਉਂਦੀ ਕਿ ਕੋਈ ਕਿਸੇ ਨੂੰ ਪੈਸੇ ਫੜਾ ਦੇਵੇ ਕਿ ਚਲਾਨ ਨਾ ਹੋਵੇ ਮੇਰਾ ਅ ਦੇਖਿਏ ਇਹ ਜੋ i-triple-c اور p-triple-c ਦਾ ਸਿਸਟਮ ਹੈ ਇਹ ਕੰਪਲੀਟਲੀ ਟ੍ਰਾਂਸਪੇਰੈਂਟ ਸਿਸਟਮ ਹੈ ਹਰ ਜਗ੍ਹਾ 900 ਕੈਮਰਾ ਸਾਡੇ ਉੱਪਰ ਨਿਗਰ ਰੱਖੇ ਹੋਏ ਹਨ ਤੋ ਮੇਰਾ ਮੰਨਣਾ ਹੈ ਕਿ ਕਿਉਂਕਿ ਸਿਸਟਮ ਇਤਨਾ ਟਰਾਂਸਪੇਰੈਂਟ ਹੈ ਤੋ ਸੁਭਾਵਿਕ ਸੀ ਬਾਤ ਹੈ ਕਿ ਮੈਲ ਪ੍ਰੈਕਟਿਸਸ ਦੀ ਗੁੰਜਾਇਸ਼ ਨਹੀਂ ਰਹਿ ਜਾਂਦੀ ਹੈ ਜੀ ਔਰ ਸਮਾਰਟ ਸਿਟੀ ਚੰਡੀਗੜ੍ਹ ਦੇ ਇਸ ਪ੍ਰੋਜੈਕਟ ਦੇ ਵਿੱਚ ਤੁਸੀਂ ਬਤਾਰ ਸੀਈਓ ਕੰਮ ਕਰ ਰਹੇ ਹੋ ਇੰਨੇ ਸਮੇਂ ਦੇ ਵਿੱਚ ਜਿਹੜਾ ਚੰਡੀਗੜ੍ਹ ਸਮਾਰਟ ਸਿਟੀ ਦਾ ਕੰਮ ਹੋਇਆ ਉਸ ਦੇ ਵਿੱਚ ਇਸ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਪ੍ਰਾਪਤੀ ਕਰ ਪਾਏ ਹੋ ਕਿ ਅਸੀਂ ਇਹ ਕੰਮ ਦੇ ਵਿੱਚ ਕਾਫੀ ਪਿੱਛੇ ਸੀ ਪਰ ਹੁਣ ਕਾਫੀ ਅੱਗੇ ਲੰਘ ਚੁੱਕੇ ਹਾਂ जो गार्बेज कलेक्शन का सिस्टम है जो कि समार्ट सिटी ने कोरपोरे लागू किया साढ़े पांच सौ के उत्ते व्हीकल्स जोड़े है ट्विन बिन सैग्रीगेटेड वेस्ट कलैक्शन खरीदे गए तिप्लोय किए गए तो अलावा जोड़ा बहुत व्डा डू माजराप है कूड़े का वह कंप्लीटली समार्ट सिटी के फंडस राही खत्म किया गया ट्वेंटी फोर बाई सैवन वॉटर सप्लाई का प्रोजेक्ट है जिद साठ करोड़ रुपए का हिस्सा फॉरन फंडिंग तो अलावा स्मार्ट सिटी प्रोजेक्ट ने पाया ये सारे ही जनहित प्रोजेक्ट हैं और ऐदा के प्रोजेक्ट है जो सिटीजन के रोज़मर्रा की जिंदगी को अफेक्ट करता है जैसे गारबेज कलेक्शन जैसे पानी की सप्लाई जैसे कूड़े का डंप ਔਰ ਇੱਕ ਗੱਲ ਹੋਰ ਮਨਾ ਦੇ ਵਿੱਚ ਲੋਕਾਂ ਦੇ ਸਵਾਲ ਹੈ ਕਿ ਉਹ ਤੁਹਾਡੇ ਅਧਿਕਾਰ ਖੇਤਰ ਚੋਂ ਦਾ ਸਵਾਲ ਇਹ ਹੈ ਕਿ ਜਦੋਂ ਕੋਈ ਐਂਬੂਲੈਂਸ ਸੜਕ ਤੋਂ ਗੁਜ਼ਰ ਰਹੀ ਹੈ ਔਰ ਸਾਹਮਣੇ ਰੈੱਡ ਲਾਈਟ ਹੈ ਉੱਥੇ ਕਈ ਵਾਰ ਲੋਕ ਇਹ ਦੇਖਦੇ ਆ ਕਿ ਮੇਰਾ ਚਲਾਨ ਹੀ ਨਾ ਹੋ ਜੇ ਅੱਜ ਕੱਲ੍ਹ ਆਨਲਾਈਨ ਚਲਾਨ ਉਸ ਵਕਤ ਘਰੇ ਆ ਜਾਂਦਾ ਔਰ ਐਸਐਮਐਸ ਆ ਜਾਂਦਾ ਉਸ ਚੱਕਰ ਦੇ ਵਿੱਚ ਉਹ ਰਾਹ ਵੀ ਨਹੀਂ ਦਿੰਦੇ ਐਂਬੂਲੈਂਸ ਨੂੰ ਕਿ ਇਹ ਤੁਹਾਡੇ ਅਧਿਕਾਰ ਖੇਤਰ ਚ ਹੈ ਉਹਨਾਂ ਨੂੰ ਲੋਕਾਂ ਨੂੰ ਕੀ ਸਲਾਹ ਦੇਣਾ ਚਾਹੋਗੇ ਜਿਨ੍ਹਾਂ ਦੇ ਮਨ ਚ ਇਹ ਡਰ ਹੈ ਕਿ ਜੇ ਮੈਂ ਰਾਹ ਦੇ ਦਿੱਤਾ ਔਰ ਰੈੱਡ ਲਾਈਟ ਹੈ ਸਾਹਮਣੇ ਮੇਰਾ ਚਲਾਨ ਹੀ ਨਾ ਹੋ ਜੇ ਕਿਤੇ देखिए हमारे चंडीगढ़ में ट्रैफिक पुलिस जो है वो बहुत ज़्यादा एफिशिएंट और कैपेबल है जहाँ पे भी आ, फायर ब्रिगेड की या एम्बुलेंस की बात आती है वो मैनुअली भी उनको ग्रीन कॉरिडोर प्रोवाइड करते हैं इसलिए उनका चलान नहीं होगा ਇਹ ਸ ਮੈਂ ਲੋਕੋ ਦੀ ਗੱਲ ਨਹੀਂ ਕਰ ਰਹੀ ਮੈਂ ਇਹ ਕਹਿ ਰਹੀ ਹਾਂ ਕਿ ਜਿੱਥੇ ਪੇ ਐਮਬੂਲੈਂਸ ਜਾਂ ਫਾਇਰ ਬ੍ਰਿਗੇਡ ਹੁੰਦਾ ਹੈ ਵਾਹਾਂ ਪੇ ਹਮਾਰੇ ਜੋ ਸਿਟੀ ਕੇ ਟ੍ਰੈਫਿਕ ਪੁਲਿਸ ਹੈ ਉਹ ਰਸਤਾ ਬਣਾ ਕੇ ਉਹਨਕੋ ਅੱਗੇ ਲੈ ਕੇ ਜਾਂਦੇ ਹੈ ਜੀ ਜੀ ਔਰ ਸਮਾਰਟ ਸਿਟੀ ਦੇ ਇਸ ਪ੍ਰੋਜੈਕਟ ਨੂੰ ਲੈ ਕੇ ਹੋਰ ਐਕਸਟੈਂਸ਼ਨਲੀ ਕੰਮ ਕੋਈ ਹੋਰ ਕਿਹੜੇ ਕਿਹੜੇ ਪ੍ਰੋਜੈਕਟ ਹੈ ਜਿਹੜਾ ਡ੍ਰੀਮ ਪ੍ਰੋਜੈਕਟ ਵੀ ਕਈ ਵਾਰੀ ਹੁੰਦਾ ਹੈ ਕਿ ਇਹ ਕੰਮ ਹੋ ਗਿਆ ਤੇ ਚੰਡੀਗੜ੍ਹ ਚ ਹੋਰ ਜ਼ਿਆਦਾ ਖੂਬਸੂਰਤੀ ਵੀ ਦਿਖੇਗੀ ਔਰ ਚੰਡੀਗੜ੍ਹ ਦੇ ਪ੍ਰਸ਼ਾਸਨ ਦੇ ਉੱਤੇ ਭਰੋਸਾ ਹੋਰ ਵਧੇਗਾ ਲੋਕਾਂ ਦਾ ऐसा है कि चंडीगढ़ का जो आ, स्मार्ट सिटी का सबसे बड़ा प्रोजेक्ट था वो आई ट्रिपल सी का प्रोजेक्ट था स्मार्ट सिटी लिमिटेड पाँच साल के स्पेसिफिक पीरियड के लिए किया गया था जिसकी म्याद अब जून 2023 में खत्म हो रही है सो ज, जो प्रोजेक्ट थे वो हजार करोड़ का आउटले था जिसके तहत सबसे बड़ा प्रोजेक्ट आ, एक तो आई ट्रिपल सी का था दूसरा जो चंडीगढ़ के अलावा और पूरे इंडिया में कहीं पर भी नहीं है पब्लिक बाइक शेयरिंग का प्रोजेक्ट था पब्लिक बाइक शेयरिंग हालांकि दूसरे सिटीज में भी है लेकिन इतना बड़ा पब्लिक बाइक शेयरिंग जिसमें 616 डॉकिंग स्टेशन है और 5000 साइकिल है इतना बड़ा प्रोजेक्ट कहीं पे भी नहीं लगा थैंक यू ਇਸਨ ਸਾਡੇ ਨਾਲ ਚੰਡੀਗੜ੍ਹ ਨਿਗਮ ਦੇ ਕਮਿਸ਼ਨਰ ਅਨਿਤਾ ਮਿਤਰਾ ਜੀ ਔਰ ਇਸ ਦੇ ਨਾਲ ਹੀ ਉਹਨਾਂ ਦੇ ਕੋਲ ਇੱਕ ਵੱਡੀ ਜ਼ਿੰਮੇਵਾਰੀ ਜਿਹੜੀ ਚੰਡੀਗੜ੍ਹ ਸਮਾਰਟ ਸਿਟੀ ਦੀ ਹੈ ਸੀਓ ਦੇ ਤੌਰ ਤੇ ਕੰਮ ਕਰ ਰਹੇ ਨੇ ਉਹਨਾਂ ਨੇ ਦੱਸਿਆ ਕਿ ਸਾਡੇ ਪ੍ਰੋਜੈਕਟਰ ਕੀ ਨੇ ਔਰ ਖਾਸ ਕਰਕੇ ਸੀਸੀਟੀਵੀ ਲਗਾਉਣ ਦੇ ਨਾਲ ਐਗਜ਼ੀਕਿਊਟ ਕਰਨ ਦੇ ਨਾਲ ਕੀ ਕੀ ਫਾਇਦੇ ਹੋਏ ਰੋ ਇਸ ਦੇ ਨਾਲ ਅਪਰਾਧਿਕ ਕੇਸਾਂ ਦੇ ਵਿੱਚ ਵੀ ਪੁਲਿਸ ਨੂੰ ਮਦਦ ਮਿਲ ਰਹੀ ਹੈ ਜਦੋਂ ਕੋਈ ਸੀਸੀਟੀਵੀ ਫੁਟੇਜ ਇਹ ਮੁਹੱਈਆ ਕਰਾਉਂਦੇ ਨੇ ਦੇਖਦੇ ਆ ਇਹਨਾਂ ਨੇ ਜਿਹੜੀਆਂ ਗੱਲਾਂ ਕਹੀਆਂ ਜਾਂ ਫਿਰ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੇ ਜਿਹੜੇ ਕੰਮ ਉਲੀਕਣੇ ਨੇ ਉਹ ਹੋਰ ਕਿੰਨਾ ਚੰਡੀਗੜ੍ਹ ਨੂੰ ਖੂਬਸੂਰਤ ਬਣਾਉਂਦੇ ਨੇ ਔਰ ਚੰਡੀਗੜ੍ਹ ਦੇ ਲਈ ਫਾਇਦੇਮੰਦ ਹੁੰਦੇ ਨੇ ਲਾਇਵਦ ਹੁੰਦੇ ਨੇ ਸਭ ਦੀਆਂ ਨਜ਼ਰਾਂ ਨੇ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕੀ ਕੁਝ ਇਸ ਪ੍ਰੋਜੈਕਟ ਦੇ ਜ਼ਰੀਏ ਸਾਹਮਣੇ ਆਉਂਦਾ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ এব